ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਾਗਾਤਮਕ ਕੀਰਤਨ ਸ਼ੈਲੀ ਤੋਂ ਰਾਗ ਆਸਾਵਰੀ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਹੈ। ਅੱਜ ਬੜਾ ਹੀ ਪਿਆਰਾ ਰਾਗ ਆਸਾਵਰੀ ਸੁਧੰ ਸੁਧ ਅੰਗ, ਬਹੁਤ ਪਿਆਰਾ ਰਾਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ। ਇਸ ਰਾਗ ਦਾ ਜ਼ਿਕਰ ਕਿਸੇ ਵੀ ਪੁਰਾਤਨ ਜਾਂ ਨਵੀਨਤਮ ਸ਼ਾਸਤਰੀ ਸੰਗੀਤ ਅਤੇ ਕਿਸੇ ਵੀ ਗ੍ਰੰਥ ਵਿੱਚ ਇਸ ਨਾਮ ਨਾਲ ਨਹੀਂ ਮਿਲਦਾ। ਉਸਤਾਦ ਲੋਕ ਕੋਮਲ ਆਸਾਵਰੀ ਦੇ ਨਾਂ ਨਾਲ ਇਸ ਰਾਗ ਨੂੰ ਵੀ ਗਾਇਨ ਕਰਦੇ ਨੇ। ਸਾਰੇ ਸਵਰ ਆਸਾਵਰੀ ਵਾਲੇ ਨੇ, ਕੇਵਲ ਰਿਸ਼ਭ ਨੂੰ ਇਸ ਰਾਗ ਦੇ ਵਿੱਚ ਕੋਮਲ ਕਰਤਾ ਜਾਂਦਾ ਹੈ। ਆਸਾਵਰੀ ਸੁਧੰਗ ਦੇ ਵਿੱਚ ਇਸ ਰਾਗ ਦਾ ਬਹੁਤ ਭਾਵਨਾਤਮਕ ਤਰੀਕੇ ਨਾਲ ਗਾਇਨ ਅਤੇ ਵਾਦਨ ਕੀਤਾ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਇੱਕੋ ਸ਼ਬਦ ਸਾਨੂੰ ਇਸ ਰਾਗ ਦੇ ਵਿੱਚ ਮਿਲਦਾ ਹੈ, ਹਉ ਅਨਦਿਨ ਹਰ ਨਾਮ ਕੀਰਤਨ ਕਰੋ। ਅੱਜ ਦੇ ਰਾਗਾਤਮਕ ਕੀਰਤਨ ਦੇ ਵਿੱਚ ਦੋ ਕੀਰਤਨੀਆਂ ਪਾਸੋਂ ਆਪ ਜੀ ਇਸ ਰਾਗ ਦਾ ਸ਼ਬਦ ਸਰਵਣ ਕਰੋਗੇ, ਕਿਉਂਕਿ ਅਸੀਂ ਜਿਵੇਂ ਸੰਗਤ ਨੂੰ ਪਹਿਲਾਂ ਵੀ ਦੱਸਿਆ ਹੈ ਕਿ ਜਿੱਥੇ ਇੱਕ ਸ਼ਬਦ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਹ ਇੱਕ ਸ਼ਬਦ ਦੋ ਕੀਰਤਨੀਆਂ ਗਾਇਨ ਕਰਦੇ ਨੇ, ਅਤੇ ਜਿਹੜੇ ਅਸੀਂ ਪਹਿਲਾਂ ਰਾਗ ਗਾਇਨ ਕਰ ਚੁੱਕੇ ਹਾਂ ਉਹਨਾਂ ਦੇ ਵਿੱਚੋਂ ਸੰਗਤ ਦੀ ਸੇਵਾ ਦੇ ਵਿੱਚ ਦੋ ਸ਼ਬਦ ਅਸੀਂ ਲੈ ਕੇ ਆਉਂਦੇ ਹਾਂ, ਅਤੇ ਸ਼ਬਦ ਤੋਂ ਪਹਿਲਾਂ ਉਹ ਆਪ ਜੀ ਨੂੰ ਇਨਫੋਰਮੇਸ਼ਨ ਉੱਥੇ ਮਿਲ ਜਾਂਦੀ ਹੈ। ਆਪ ਅਸੀਸ ਦੇ ਰਹੇ ਹੋ, ਸਾਨੂੰ ਬੜੀ ਖੁਸ਼ੀ ਹੈ। ਸਾਰੇ ਹੀ ਬੜੇ ਪਿਆਰ ਨਾਲ ਸਿੱਖਣ ਦੀ ਕੋਸ਼ਿਸ਼ ਨਾਲ ਜਿਹੜੇ ਅਜੋਕੇ ਨਵਤਨ ਕੀਰਤਨੀ ਨੇ ਇਸ ਰਾਗਾਤਮਕ ਕੀਰਤਨ ਨੂੰ ਰੋਜ਼ ਲਾਈਵ ਸੁਣਦੇ ਨੇ। ਰਾਗਾਤਮਕ ਪਹਿਲੂ ਵੱਲ ਦੇਖੀਏ, ਰਾਗ ਆਸਾਵਰੀ ਸੁਧੰਗ, ਤਕਰੀਬਨ ਸਾਰੇ ਸਵਰ ਆਸਾਵਰੀ ਵਾਲੇ ਨੇ, ਕੇਵਲ ਰਿਸ਼ਭ ਕੋਮਲ ਨੂੰ ਛੱਡ ਕੇ। ਇਸ ਰਾਗ ਦੇ ਵਿੱਚ ਰਿਸ਼ਭ ਕੋਮਲ, ਗੰਧਾਰ ਕੋਮਲ, ਧੈਵਤ ਕੋਮਲ ਅਤੇ ਨਿਸ਼ਾਦ ਕੋਮਲ ਪ੍ਰਯੋਗ ਹੁੰਦੇ ਨੇ, ਬਾਕੀ ਸਵਰ ਸ਼ੁੱਧ ਲੱਗਦੇ ਨੇ। ਇਸ ਰਾਗ ਦਾ ਵਾਦੀ ਸਵਰ ਧੈਵਤ ਮੰਨਿਆ ਗਿਆ ਹੈ, ਸੰਵਾਦੀ ਸਵਰ ਗੰਧਾਰ ਨੂੰ ਮੰਨਿਆ ਗਿਆ। ਇਸ ਰਾਗ ਦੀ ਜਾਤੀ ਔੜੋ ਸੰਪੂਰਨ ਮੰਨੀ ਗਈ ਹੈ, ਥਾਟ ਇਹਦਾ ਆਸਾਵਰੀ ਹੈ। ਗਾਇਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਮੰਨਿਆ ਗਿਆ ਹੈ। ਆਓ ਬੜੇ ਪਿਆਰ ਨਾਲ ਰਾਗ ਆਸਾਵਰੀ ਸੁਧੰਗ ਦੇ ਵਿੱਚ ਆਪਾਂ ਗੁਰਬਾਣੀ ਕੀਰਤਨ ਗੁਰੂ ਦੇ ਪਿਆਰੇ ਕੀਰਤਨੀਆਂ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।